ਦਿੱਲੀ ਵਿਖੇ ਦੇ ਬਾਰਡਰ ਤੇ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ 30ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਲਗਾਤਾਰ ਕਿਸਾਨਾਂ ਵੱਲੋਂ ਇਸ ਨੂੰ ਲੈ ਕੇ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਹਾਲਾਂਕਿ ਇਸ ਵਿੱਚ ਗੱਲਬਾਤ ਦਾ ਸਿਲਸਿਲਾ ਵੀ ਕਈ ਵਾਰ ਚੱਲਿਆ ਜੋ ਬੇਸਿੱਟਾ ਰਿਹਾ ਤੇ ਕਿਸਾਨ ਜਥੇਬੰਦੀਆਂ ਅੱਜ ਮੁੜ ਤੋਂ ਇਸ ਨੂੰ ਲੈ ਕੇ ਮੀਟਿੰਗ ਕਰਨਗੀਆਂ। ਦੱਸਦੇ ਕਿ ਸਿੰਘੂ ਬਾਰਡਰ ਤੇ ਦੁਪਹਿਰ 1 ਵਜੇ ਦੇ ਕਰੀਬ ਇਹ ਬੈਠਕ ਹੋਵੇਗੀ। ਕਿਸਾਨ ਆਗੂ ਕੇਂਦਰ ਨੂੰ ਚਿੱਠੀ ਰਾਹੀਂ ਜਵਾਬ ਦੇਣ ਤੇ ਮੰਥਨ ਕਰਨਗੇ। ਦੱਸਦੇ ਕਿ ਸਰਕਾਰ ਨੇ ਇੱਕ ਵਾਰ ਫੇਰ ਗੱਲਬਾਤ ਲਈ ਸੱਦਾ ਭੇਜਿਆ ਹੈ। ਕੇਂਦਰ ਨੇ ਵੀਰਵਾਰ ਨੂੰ ਮੁੜ ਤੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਜਿਹੜਾ ਹੈ ਭੇਜਿਆ ਸੀ। ਇਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀਆਂ ਇੱਕ ਵਾਰ ਫਿਰ ਤੋਂ ਆਪਸ ਮੀਟਿੰਗ ਕਰਨਗੀਆਂ। ਮੰਥਨ ਹੋਵੇਗਾ ਔਰ ਕਿਸ ਤਰ੍ਹਾਂ ਨਾਲ ਸਰਕਾਰ ਨੂੰ ਕੀ ਜਵਾਬ ਦੇਣਾ, ਇਸ ਨੂੰ ਲੈ ਕੇ ਮੰਥਨ ਹੋਵੇਗਾ। ਹਾਲਾਂਕਿ ਕੇਂਦਰ ਸਰਕਾਰ ਨੇ ਸਾਫ਼ ਕੀਤਾ ਹੈ ਕਿ ਤਰੀਕ ਤੇ ਸਮਾਂ ਬੈਠਕ ਦੇ ਲਈ ਕਿਸਾਨ ਆਪ ਤੈਅ ਕਰਦੇ ਨੇ। ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਨੇ ਕਿਸਾਨਾਂ ਨੂੰ ਇਸ ਬਾਬਤ ਪੱਤਰ ਲਿਖਿਆ ਸੀ। ਹਾਲਾਂਕਿ ਕੇਂਦਰ ਨੇ ਇੱਕ ਵਾਰ ਮੁੜ ਤੋਂ ਦੁਹਰਾਇਆ ਕਿ ਖੇਤੀ ਕਾਨੂੰਨਾਂ ਦਾ MSP ਦੇ ਨਾਲ ਕੋਈ ਸੰਬੰਧ ਨਹੀਂ ਹੈ, ਪਰ MSP ਤੇ ਕਿਸਾਨਾਂ ਨੂੰ ਲਿਖਤੀ ਭਰੋਸਾ ਦੇਣ ਲਈ ਵੀ ਕੇਂਦਰ ਨੇ ਤਿਆਰ ਹੋਣ ਦੀ ਗੱਲ ਆਖੀ ਹੈ। MSP ਤੇ ਕੋਈ ਨਵੀਂ ਮੰਗ ਰੱਖਣਾ ਹਾਲਾਂਕਿ ਤਰਕਸੰਗਤ ਉਹਨਾਂ ਨੇ ਨਹੀਂ ਕਰਾ ਦਿੱਤਾ, ਪਰ ਸਰਕਾਰ ਚਰਚਾ ਲਈ ਤਿਆਰ ਹੈ, ਇਸ ਗੱਲ ਦਾ ਜ਼ਿਕਰ ਜ਼ਰੂਰ ਕੀਤਾ ਗਿਆ। ਸੋ ਲਗਾਤਾਰ ਇਹ ਜੋ ਦਿੱਲੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ, 30 ਦਿਨ ਹੋ ਗਏ ਨੇ। ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ 'ਚ ਕਈ ਮਹੀਨਿਆਂ ਤੋਂ ਇਹ ਖੇਤੀ ਕਾਨੂੰਨਾਂ ਦੇ ਖਿਲਾਫ਼ ਧਰਨੇ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਜੋ ਹੁਣ ਤੱਕ ਜਾਰੀ ਨੇ, ਜਿੱਥੇ ਦਿਨ ਰਾਤ ਕਿਸਾਨ ਡਟੇ ਰਹੇ, ਰੇਲ ਟਰੈਕ ਜਾਮ ਕੀਤੇ ਔਰ ਹੁਣ ਜੋ ਤਮਾਮ ਔਕੜਾਂ ਦੇ ਬਾਵਜੂਦ ਕਿਸਾਨ ਲਗਾਤਾਰ ਡਟੇ ਹੋਏ ਨੇ। ਕੜਾਕੇ ਦੀ ਠੰਡ ਪੈ ਰਹੀ ਹੈ, ਇਸ ਦੇ ਬਾਵਜੂਦ ਹੌਸਲੇ ਕਿਸੇ ਪਾਸੋਂ ਘੱਟ ਹੁੰਦੇ ਵਿਖਾਈ ਨਹੀਂ ਦੇ ਰਹੇ। ਹਾਲਾਂਕਿ ਕੇਂਦਰ ਵੱਲੋਂ ਗੱਲਬਾਤ ਲਈ ਕਈ ਵਾਰ ਸੱਦਾ ਦਿੱਤਾ ਗਿਆ, ਬੈਠਕਾਂ ਵੀ ਹੋਈਆਂ ਜੋ ਬੁਰੀ ਤਰ੍ਹਾਂ ਦੇ ਨਾਲ ਬੇਸਿੱਟਾ ਰਹੀਆਂ, ਕਿਉਂਕਿ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਇਸ ਗੱਲ ਤੇ ਬਜਟ ਨੇ ਕਿ ਸਾਨੂੰ ਸੋਧ ਨਹੀਂ ਰੱਦ ਇਹ ਖੇਤੀ ਕਾਨੂੰਨ ਚਾਹੀਦੇ ਨੇ। ਅਜੇ ਵਿਚਕਾਰ ਇੱਕ ਵਾਰ ਫੇਰ ਹੁਣ ਗੱਲਬਾਤ ਦਾ ਸੱਦਾ ਮਿਲਿਆ, ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਆਪਸ 'ਚ ਮੀਟਿੰਗ ਕਰਨਗੀਆਂ। ਲਗਾਤਾਰ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ, ਉਹ ਬਣੇ ਹੋਏ ਨੇ ਜੋ ਪਲ ਪਲ ਦੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾ ਰਹੇ ਨੇ। ਸਿੰਘੂ ਬਾਰਡਰ ਤੋਂ ਜਿੱਥੇ ਰਮਨ ਜੁੜੇ ਹੋਏ ਨੇ, ਉੱਥੇ ਉੱਤਰਾਖੰਡ UP ਬਾਰਡਰ ਤੋਂ ਹਰਪ੍ਰੀਤ ਬੰਦੇਸ਼ਾ ਬਣੇ ਹੋਏ ਨੇ। ਪਹਿਲੇ ਰਮਨ ਕੋਲ ਚੱਲਦੇ ਹਾਂ। ਰਮਨ, ਅੱਜ ਅਹਿਮ ਇੱਕ ਵਾਰ ਫਿਰ ਤੋਂ ਮੀਟਿੰਗ ਹੋਣੀ ਹੈ ਜੋ ਸਰਕਾਰ ਵੱਲੋਂ ਇੱਕ ਵਾਰ ਫਿਰ ਗੱਲਬਾਤ ਦਾ ਸੱਦਾ ਦਿੱਤਾ ਗਿਆ, ਕੀ ਕੁਛ ਇਸ ਬਾਰੇ ਜਾਣਕਾਰੀ ਮਿਲ ਰਹੀ ਹੈ ਹੋਰ? ਜਿਨ੍ਹਾਂ ਦਾ ਜਿਹੜੀ ਡੈਡਲੌਕ ਤੋਂ ਡਾਇਲੌਗ ਵੱਲ ਗੱਲ ਜਾਂਦੀ ਹੋਈ ਨਜ਼ਰ ਨਹੀਂ ਆ ਰਹੀ ਸੀ, ਇੱਕ ਵਾਰ ਫਿਰ ਕੇਂਦਰ ਸਰਕਾਰ ਨੇ ਉਹੀ ਚਿੱਠੀ ਜਿਹੜੀ ਵਾਰ ਵਾਰ ਚਿੱਠੀਆਂ ਦੇ ਰਾਹੀਂ ਜਿਹੜੇ ਹੈਗੇ ਆ ਡਿਪਲੋਮੈਸੀ ਸ਼ੁਰੂ ਹੋਈ ਆ, ਉਹੀ ਗੱਲ ਦੁਹਰਾਈ ਗਈ ਆ ਉਸ ਚਿੱਠੀ ਦੇ ਵਿੱਚ ਵੀ। ਅੱਜ ਜਥੇਬੰਦੀਆਂ 1 ਵਜੇ ਜਿਹੜੀ ਮੀਟਿੰਗ ਦੇ ਕਰਨਗੀਆਂ, ਇਸ 'ਤੇ ਮੰਥਨ ਕਰਨਗੀਆਂ ਕਿ ਕੇਂਦਰ ਸਰਕਾਰ ਨੂੰ ਜੇਕਰ ਸੱਦਾ ਭੇਜਣਾ ਹੈ ਤਾਂ ਸੱਦਾ ਕਦੋਂ ਭੇਜਿਆ ਜਾਵੇ, ਕਿਹੜੇ ਹਾਲਾਤਾਂ ਵਿੱਚ ਭੇਜਿਆ ਜਾਵੇ, ਕਿਹੜੀਆਂ ਗੱਲਾਂ ਨੂੰ ਲੈ ਕੇ ਭੇਜਿਆ ਜਾਵੇ, ਤਾਂ ਜੋ ਜਿਹੜਾ ਕਿਸਾਨੀ ਪੱਖ ਜਿਹੜਾ ਉਹ ਮਜ਼ਬੂਤੀ ਦੇ ਨਾਲ ਜਿਹੜਾ ਹੈਗਾ ਉਹ ਅੱਗੇ ਰੱਖਿਆ ਜਾ ਸਕੇ। ਇਹਦੇ ਨਾਲ ਅਹਿਮ ਗੱਲ ਜਿਹੜੀ ਇਹ ਹੁਣ ਉੱਭਰ ਕੇ ਸਾਹਮਣੇ ਆ ਰਹੀ ਹੈ, ਕਿਸਾਨ ਆਗੂ ਜੋ ਸਾਡੇ ਜਾਣਕਾਰੀ ਮਿਲੀ, ਕਿਸਾਨ ਆਗੂ ਕੱਲ੍ਹ ਜਾਂ ਪਰਸੋਂ ਦਾ ਸਮਾਂ ਦੇ ਸਕਦੇ ਨੇ ਮੀਟਿੰਗ ਕਰਨ ਦੇ ਲਈ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਸਾਡਾ ਸੱਦਾ ਹੋਵੇਗਾ ਉਹ ਸਿੱਧਾ ਪ੍ਰਧਾਨ ਮੰਤਰੀ PMO ਨੂੰ ਹੋਵੇਗਾ, ਨਾ ਕਿ ਕਿਸੇ ਮੰਤਰੀ ਨੂੰ ਹੋਵੇਗਾ, ਨਾ ਕਿ ਕਿਸੇ ਮੰਤਰਾਲੇ ਨੂੰ ਹੋਵੇਗਾ। ਅਸੀਂ ਸਿੱਧੇ ਤੌਰ 'ਤੇ ਜਿਹੜਾ ਪ੍ਰਧਾਨ ਮੰਤਰੀ ਆਫਿਸ ਆ ਜਿਹੜਾ ਉਸ ਨੂੰ ਅਸੀਂ ਸੱਦਾ ਭੇਜਾਂਗੇ, ਤਾਂ ਜੋ ਸਾਡੀ ਜਿਹੜੀ ਮੀਟਿੰਗ ਹੈਗੀ ਆ ਘੱਟੋ ਘੱਟ ਜਾਂ ਗ੍ਰਹਿ ਮੰਤਰੀ ਨਾਲ ਜਾਂ ਪ੍ਰਧਾਨ ਮੰਤਰੀ ਨਾਲ ਹੋ ਸਕੇ, ਇਦੋਂ ਘੱਟ ਅਸੀਂ ਗੱਲਬਾਤ ਨਹੀਂ ਕਰਾਂਗੇ। ਉਹਨਾਂ ਨੇ ਪਤਾ ਕਿ ਜੇਕਰ ਸੈਕਟਰੀ ਲੈਵਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਤਾਂ ਸਾਨੂੰ ਮੁੜ ਉਹੀ ਗੱਲਾਂ ਦੁਹਰਾਈਆਂ ਜਾਣਗੀਆਂ ਸਾਡੇ ਸਾਹਮਣੇ, ਜਿਹੜੀਆਂ ਅਸੀਂ ਆਲਰੇਡੀ 3 ਮਹੀਨੇ ਤੋਂ ਕਰ ਰਹੇ ਹਾਂ, 3 ਮਹੀਨੇ ਤੋਂ ਜੋ ਸਰਕਾਰਾਂ ਨੂੰ ਦੱਸ ਰਹੇ ਹਾਂ। ਪਰ ਨਾਲ ਹੀ ਇੱਕ ਕਿਸਾਨ ਮੰਨ ਰਿਹਾ ਕਿ ਅਸੀਂ ਜ਼ਰੂਰ ਜਿੱਤੇ ਹਾਂ ਇਸ ਗੱਲ ਦੇ ਵਿੱਚ, ਜਿਹੜੀ ਸਰਕਾਰ ਕੱਲ੍ਹ ਤੱਕ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਕਾਨੂੰਨਾਂ ਵਿੱਚ ਕੋਈ ਖੋਟ ਨਹੀਂ, ਕੋਈ ਖਾਮੀ ਨਹੀਂ, ਅੱਜ ਘੱਟੋ ਘੱਟ ਸਰਕਾਰ ਇਹ ਸਵੀਕਾਰ ਤਾਂ ਕਰਨ ਲੱਗੀ ਹੈ ਕਿ ਹਾਂ ਕਿਤੇ ਨਾ ਕਿਤੇ ਕਮੀਆਂ ਹੁਣ ਤਾਈਆਂ ਕਾਨੂੰਨ ਦੇ ਵਿੱਚ ਹੈਗੀਆਂ ਨੇ, ਉਹਨਾਂ ਨੂੰ ਅਸੀਂ ਦੂਰ ਕਰਾਂਗੇ। ਪਰ ਹੁਣ ਗੱਲ ਦੂਰ ਦੀ ਨਹੀਂ, ਅਸੀਂ ਇਹਨਾਂ ਨੂੰ ਮੂਲ ਤੋਂ ਹੀ ਰੱਦ ਕਰਾਉਣ ਦੀ ਜਿਹੜੀ ਆ ਉਹ ਸੱਦਾ ਭੇਜਾਂਗੇ, ਤਾਂ ਜੋ ਜਿਹੜਾ ਕਿਸਾਨੀ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਬਿਲਕੁਲ, ਸੋ ਅੱਜ ਦਾ ਦਿਨ ਅਹਿਮ ਕਿ ਹੁਣ ਅੱਗੇ ਕਿਸਾਨ ਕੀ ਕੁਛ ਫੈਸਲਾ ਕਰਦੇ ਨੇ ਇਸ ਮੀਟਿੰਗ ਨੂੰ ਲੈ ਕੇ। ਫਿਲਹਾਲ ਦੱਸਦੇ ਕਿ ਇੱਥੇ ਲਗਾਤਾਰ 30 ਦਿਨ ਹੋ ਗਏ ਨੇ, ਕਿਸਾਨ ਲਗਾਤਾਰ ਇੱਥੇ ਡਟੇ ਹੋਏ ਨੇ, ਉੱਥੇ ਹੀ ਵੱਖ ਵੱਖ ਸੂਬਿਆਂ ਤੋਂ ਕਿਸਾਨ ਇੱਥੇ ਸਮਰਥਨ ਦੇਣ ਲਈ ਪਹੁੰਚ ਰਹੇ ਨੇ। ਲੇਕਿਨ ਇਸ ਵੇਲੇ ਹਰਪ੍ਰੀਤ ਬੰਦੇਸ਼ਾ ਜੋ ਕਿ ਉੱਤਰਾਖੰਡ UP ਬਾਰਡਰ ਤੇ ਮੌਜੂਦ ਨੇ, ਕਿਉਂਕਿ ਇੱਥੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਪੂਰੀ ਤਿਆਰੀ ਕੀਤੀ ਗਈ ਹੈ। ਹਰਪ੍ਰੀਤ, ਇਸ ਵੇਲੇ ਕੀ ਕੁਛ ਤਸਵੀਰ ਨਜ਼ਰ ਆ ਰਹੀ ਹੈ? ਬਿਲਕੁਲ, ਅਸੀਂ ਤੁਹਾਨੂੰ ਤਸਵੀਰਾਂ ਇੱਥੋਂ ਲਾਈਵ ਦਿਖਾਈਏ ਕਿ ਇਸ ਵੇਲੇ ਮੈਂ UP 'ਚ ਮੌਜੂਦ ਹਾਂ ਅਤੇ UP ਪੁਲਿਸ ਆ ਤੁਹਾਨੂੰ ਨਜ਼ਰ ਆ ਰਹੀ ਹੈ ਮੇਰੇ ਪਿੱਛੇ। ਆ UP ਹੈ, UP ਦਾ ਜਿਹੜਾ ਏਰੀਆ ਉਹ ਪੈਂਦਾ, ਇਸ ਤੋਂ ਅੱਗੇ ਅਸੀਂ ਜੇਕਰ ਚੱਲਦੇ ਹਾਂ ਅਤੇ ਇਸ ਤੋਂ ਅੱਗੇ ਹੁਣ ਆ ਅਸੀਂ ਇੱਧਰ ਉੱਤਰਾਖੰਡ ਦੇ ਵਿੱਚ ਐਂਟਰ ਹੋ ਰਹੇ ਹਾਂ। ਆ UP ਤੋਂ ਅਸੀਂ ਨਿਕਲ ਕੇ ਅਸੀਂ ਉੱਤਰਾਖੰਡ 'ਚ ਐਂਟਰ ਹੋ ਰਹੇ ਹਾਂ। ਹਾਲਾਂਕਿ UP ਦਾ ਪੁਲਿਸ ਬਲ ਜਿਹੜਾ ਉਹ ਥੋੜ੍ਹਾ ਘੱਟ ਨਜ਼ਰ ਆਉਂਦਾ, ਇੱਧਰ ਇੰਤਜ਼ਾਮ ਵੀ ਥੋੜ੍ਹੇ ਘੱਟ ਨੇ, ਲੇਕਿਨ ਜਿਹੜੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਏ ਕਿ ਜੋ ਇੰਤਜ਼ਾਮ ਉੱਤਰਾਖੰਡ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ, ਜਿਹੜਾ ਕਿਹਾ ਜਾ ਰਿਹਾ ਸੀ ਕਿ ਅਸੀਂ ਹਰ ਹਾਲ 'ਚ ਇਹਨਾਂ ਨੂੰ ਰੋਕਣਾ, ਅਸੀਂ ਨਹੀਂ ਜਾਣ ਦੇਣਾ। ਰਾਤ ਵੀ ASP ਜਿਹੜੇ ਸਨ ਇਹਨਾਂ ਦੇ ਰਾਜੇਸ਼ ਭੱਟ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਿਸੇ ਹਾਲ 'ਚ ਨਹੀਂ ਜਾਣ ਦੇਵਾਂਗੇ। ਤੁਹਾਨੂੰ ਮੈਂ ਲਾਈਵ ਤਸਵੀਰਾਂ ਦਿਖਾਵਾਂ ਕਿ ਟਰਾਲੀਆਂ ਜਿਹੜੀਆਂ ਨੇ, ਜਿਹੜੇ ਨਜ਼ਾਰੇ ਜਾਂ ਜੋ ਕਿਹਾ ਜਾਏ ਕਿ ਜੋ ਤਸਵੀਰਾਂ ਅਸੀਂ ਸੋਨੀਪਤ
कि किस तरीके इतने फसा के खड़िया कर दती गई ने कि जेकर ट्रैक्टर क्ढन की कोशिश भी कर ना निकल सकन आ ट्रालियां पिछे जो ब्लॉकेट्स तो है ही ने लेकिन नाल ही ट्रालियां जड़िया ने इस तरीके इतने फसा दी गई ने। दूसरे पास जो किसान ने उन्होंने कहा जा रहा है कि किसान इतने थोड़ी देर तक इतने पहुँचे पुलिस लगातार इतने जो ब्रीफरी है उन्होंने चल रहा है कि लगातार जो अधिकारी ने इन्हों ब्रीफरी दे रहे हैं लेकिन हम असं इस वे उत्तराखंड की हालत से बढ़ चुके हैं तो अस तुम नज़ारा दिखाइए कितने ट्रालियां लगा के बंद कर दिया गया उत्थे सब लगातार देखो पुलिस जी वड्डी गिणती इतने मौजूद है। दूसरे पास जो टीयर गैस सैल जो कहा जा रहा है जोड़ा वो भी इतने तुम तस्वीर दिखाई है इतने अपने टीवी स्क्रीन पर कि आई टीवी स्क्रीन पर देख सकते हो कि आ पुलिस बल के अधिकारी जोड़े ने आ टीयर गैस जोड़ा वो लगाया गया आ टीयर गैस वाले भी इतने मौजूद ने जोड़ा हूँ पुलिस वाले वो इतने लगता हुआ नज़र आ रहा महिला पुलिस बल के तकरीबन तकरीबन इतने दसाया जा रहा कि 500 के करीब जोड़े पुलिस अधिकारी ने वो इतने लगाए गए हैं तो उस तो अलावा जोड़ा रिजर्व कंपनी है वो इतने लगाई जा रही है। मैं तुम्हें होर एक तस्वीर दिखावा कि जिते नाल ही इधर पुलिस मौजूद है तो इस पास आ जोड़ा रस्ता जाता है सीधा जाता उत्तराखंड इसे सड़क के अगर बाजपुर जोड़ा पैंता जिते सारे किसान कट्ठे हो रहे हैं उतों उन्होंने मार्च करना से तकरीबन 10 बजे का समा उन्होंने दसा जा रहा हालांकि उत्तराखंड के वक् वक् कई सारे बॉडरस ने जिते कि लगातार तलखी जी देखने को मिल रही है काशीपुर गदरपुर नवाबगंज इन जगह तो जिमें जिमें किसान अगे वधन की कोशिश कर रहे हैं लगातार जी उ तलखी देखने को मिल रही है। लेकिन आई तस्वीर देखो अपने टीवी स्क्रीन पर असं अपने दर्शकों दस दी कि PTC न्यूज़ से उत्तर एक्सकलूसिव तस्वीर देख रहे हैं कि इतने बिल्कुल इतने पुलिस ने बंदोबस्त कर दिया गया कि इतों असी नहीं निकलन देंगे चाहे कुछ भी करना पवे जिस तरीके ट्रालियां फसा के खड़िया की गई ने पिछे बैरीकेड किए गए हैं वो एक तस्वीर साफ है कि इतने जो किसान पहुंचेगा तो जाहिर तौर पर पुलिस नाल एक बार भड़ंत होने के सार जरूर रहेंगे। बिल्कुल जिस तरह के नाल तस्वीर नजर आ रही कि तैयारी जी है वो पूरी की गई है तो किसानों अगे वधन तो रोकया जाए लेकिन हरप्रीत दस्तो इस तो पहला भी असी देखा वक् वक् मोर्चा से वक् वक् जोड़े बैरीकेड्स लगा के रोकने की कोशिश किसानों जरूर की लेकिन वह तमाम इंतजाम थोड़े ही नजर आए क्या इतने लगता है कि इंतजाम पूरे हो गए जो किसान अगे वधन की सोच के निकले ने तो बिल्कुल जेकर असी गल करिए जिवें असी देखिया कि जो हरियाणे तो किसान चले हैं पंजाब तो किसान चले तो ये जो इंतजाम ने शायद उन्होंने इंतजामों के सामने कुछ भी नहीं तकरीबन 15-15 बैरीकेड्स जी लेयर सन वो इतने मौजूद सन तो इतने तो महज 2 या 4 जेकर मैं कहाँ कि सिर्फ ब्लॉकेट्स है तो 2 ट्रालियां सिर्फ खड़िया की गई ने तो पुलिस बल भी बहुत गिनती है। दूसरे पास यूपी पुलिस बहुत रिलैक्स है यूपी पुलिस तो बिल्कुल आराम नाल उन्होंने शायद लगता नहीं कि इन्ना ज्यादा बॉदर करता है कि सिर्फ उत्तराखंड पुलिस थोड़ी जी टाइट नज़र आ रही है तो शायद कितना कितना राजनीतिक प्रभाव भी रहा या दबाव भी रहा है क्योंकि दोवह स्टेटा के जोड़ा सरकार है वो BJP की तो कितना कितना उन्होंने प्रेसर भी है कि किसानों अगे ना जान दिता जाए आ हम देखो आ ब्रीफरी जो दिता जा रहा है किस तरीके के नाल असी इतने इन्हों रोकना है तो आ तस्वीर बिल्कुल साफ है कि असी इतों नहीं जान देना तो मैं तुम्हें एक बार सारे कैमरामैन जेकर उपर करके तुम्हें दिखाने तो सामने जी ट्रालियां खड़िया की गई मैं 2 ट्रालियां हालांकि 2 ट्रालियां अगर पिछले भी करके एक हाइड्रा भी खड़ा किया गया कि जेकर लोड़ पेगी तो रस्ते ब्लॉक किया जाएगा कोशिश जरूर जा रही है लेकिन किसान जेकर इस रस्ते तो नहीं जाएगा किसी होर रस्ते तो जाएगा क्योंकि रस्ते बहुत सारे ने लेकिन किसान बिल्कुल एक गल तो साफ है कि असी दिल्ली पहुंचना है। जी जी बिल्कुल हरप्रीत शुक्रिया फिलहाल की जानकारी तौर तो अपडेट इस संबंधी असं लेंदे रहेंगे।